ਕਹਿੰਦਾ ਵਾ ਤੁਸੀਂ ਫੈਬਰਿਕ ਬਣਾਇਆ ਜਿਹਦੇ ਨਾਲ ਡੇਂਗੂ ਮਲੇਰੀਆ ਤੇ ਮੱਛਰਾਂ ਤੋਂ ਬਚਾ ਹੋਊਗਾ ਕੀ ਅਜਿਹਾ ਖਾਸ ਹੈ ਫੈਬਰਿਕ ਦੇ ਵਿੱਚ ਜਿਹੜਾ ਇਹ ਤੋਂ ਮੱਛਰ ਦੂਰ ਰਹਿਣ ਇਹਦੇ ਵਿੱਚ ਜੀ ਅਸੀਂ ਜਿਹੜਾ ਇਹ ਫੈਬਰਿਕ ਹੈ ਅਸੀਂ ਇਹਨੂੰ ਟ੍ਰੀਟ ਕੀਤਾ ਹੈ ਆਇਲਸ ਨੇ ਕੀ ਕਹਿੰਦੇ ਯੂਕਲਿਪਟਸ ਆਇਲਸ ਦੇ ਨਾਲ ਇਹਦੇ ਵਿੱਚ ਹੋਰ ਵੀ ਕੰਪੋਨੈਂਟਸ ਨੇ ਮਾਈਕਰੋ ਕੈਪਸੂਲਸ ਬਣਾਏ ਹੈ ਮਾਈਕਰੋ ਕੈਪਸੂਲਸ ਬਣਾ ਕੇ ਇਸ ਆਇਲ ਦੇ ਨਾਲ ਤੇ ਅਸੀਂ ਇਹਦੇ ਵਿੱਚ ਇੰਪੈਗਨੇਟ ਕੀਤੇ ਹੈ ਤਾਂ ਕਿ ਇਹਦੇ ਵਿੱਚ ਇਹ ਰਹਿਣ ਤੇ ਇਹ ਫਿਰ ਕੋਈ ਵੀ ਪਾ ਸਕਦਾ ਤੇ ਆਪਣਾ ਕੀ ਕਹਿੰਦੇ ਹੈ 15-20 ਵਾਸ਼ਿਸ ਤੱਕ ਸਟੇ ਕਰੇਗਾ ਜਿਹੜੇ ਹੈਗੇ ਮਾਈਕਰੋ ਕਿਹੜੀਆਂ ਚੀਜ਼ਾਂ ਮੈਮ ਤੁਹਾਡੇ ਵੱਲੋਂ ਹਜੇ ਤਿਆਰ ਕੀਤੀਆਂ ਗਈਆਂ ਤੁਹਾਡੇ ਡਿਪਾਰਟਮੈਂਟ ਵੱਲੋਂ ਜੀ ਡਿਪਾਰਟਮੈਂਟ ਨੇ ਸ਼ਰਟ ਤਿਆਰ ਕੀਤੀ ਹੈ ਪਿੱਲੋ ਕਵਰ ਸੌਕਸ ਜਾਂ ਰਿਸਟ ਬੈਂਡਸ ਤੇ ਹੈਂਕਰਚੀਫਸ ਤਿਆਰ ਕੀਤੇ ਹੈਗੇ ਆ ਮੈਮ ਇਹ ਚੀਜ਼ ਲੋਕਾਂ ਤੱਕ ਪਹੁੰਚੇਗੀ ਕਿਉਂਕਿ ਡੇਂਗੂ ਦੇ ਆਪਾਂ ਕੇਸ ਦੇਖੀਏ ਹਰ ਸਾਲ ਬਹੁਤ ਵੱਧਦੇ ਨੇ ਸੈੱਲ ਲੋਕਾਂ ਦੇ ਡਾਊਨ ਹੋ ਜਾਂਦੇ ਨੇ ਮੌਤਾਂ ਵੀ ਕਈ ਲੋਕਾਂ ਦੀਆਂ ਹੋ ਜਾਂਦੀਆਂ ਨੇ ਇਹ ਕਦੋਂ ਤੱਕ ਲੋਕਾਂ ਤੱਕ ਇਹ ਚੀਜ਼ ਪਹੁੰਚੇਗੀ ਦੇਖੋ ਜੀ ਟੈਕਨੋਲੋਜੀ ਤਾਂ ਹੁਣ ਅਸੀਂ ਦਿੱਤੀ ਹੈ ਤੋਂ ਲੱਗਦਾ ਹੈ ਕਿ ਨੈਕਸਟ ਸੀਜ਼ਨ ਅਗਲਾ ਸਾਲ ਤੇ ਲੱਗੇਗਾ ਹੀ ਉਨ ਤੱਕ ਇਟ ਵਿਲ ਬੀ ਰੈਡੀ ਇਨ ਦਾ ਮਾਰਕੀਟ ਅਵੇਲੇਬਲ ਇਨ ਦਾ ਮਾਰਕੀਟ ਡੇਂਗੂ ਦੇ ਨਾਲ ਲੋਕ ਮਰਦੇ ਨੇ ਤਾਂ ਇਹ ਪਾ ਕੇ ਉਹ 100% ਸ਼ੋਰ ਹੋ ਸਕਦੇ ਨੇ ਕਿ ਵੀ ਹੁਣ ਅਸੀਂ ਬਚ ਗਏ ਕਿਉਂਕਿ ਕਈ ਲੋਕ ਕਹਿੰਦੇ ਚੀਜ਼ ਪਾ ਲਈ ਬਚ ਗਏ ਕੋਈ ਹੋਰ ਪ੍ਰੀਕੋਸ਼ਨਸ ਲੈ ਨਹੀਂ ਨਾ ਜਿਸ ਤਰ੍ਹਾਂ ਮੇਨ ਡੇਂਗੂ ਦੇ ਬਚਣ ਦੇ ਪ੍ਰੀਕੋਸ਼ਨ ਹੁੰਦੇ ਆ ਖੜਾ ਪਾਣੀ ਨਹੀਂ ਰੱਖਣਾ ਉਹ ਕਹਿੰਦੇ ਨਹੀਂ ਜੀ ਅਸੀਂ ਤਾਂ ਆਹ ਕੱਪੜਾ ਪਾਇਆ ਹੋਇਆ ਜੋ ਮਰਜ਼ੀ ਕਰੋ ਸੋ ਆਪਾਂ 100% ਕਿਸੇ ਚੀਜ਼ ਦਾ ਵੀ ਨਹੀਂ ਕਹਿ ਸਕਦੇ ਗੇ ਬਟ ਆਈ ਕੈਨ ਸੇ ਕਿ 99% ਇਟ ਇਜ਼ ਵੈਰੀ ਵੈਰੀ ਇਫੈਕਟਿਵ ਕਿ ਮੈਮ ਤੁਹਾਨੂੰ ਇਸ ਦੀ ਰਿਸਰਚ ਕਰਦੇ ਕਿੰਨੇ ਸਮਾਂ ਲੱਗ ਗਿਆ ਤੁਹਾਨੂੰ ਇਹ ਚੀਜ਼ ਤਿਆਰ ਕਰਦੇ ਆ ਜੀ ਇਹ ਸਾਰੇ ਅਸੀਂ ਜਿਹੜੇ ਟ੍ਰਾਇਲਸ ਲਿੱਤੇ ਹੈ ਓਬਜੈਕਟਿਵ ਐਂਡ ਸਬਜੈਕਟਿਵ ਟੈਸਟਿੰਗ ਕੀਤੀ ਹੈ ਤੇ ਸਾਨੂੰ ਟੋਟਲ ਕਹਿ ਦਿਓ ਕਿ ਸਾਨੂੰ 3 ਸਾਲ ਲੱਗ ਗਏ ਕਰਦੇ ਪੂਰੀ ਟੈਸਟਿੰਗ ਜਿਹੜੀ ਕੰਪਲੀਟ ਕੀਤੀ ਹਰ ਸਾਲ ਡੇਂਗੂ ਚਿਕਨਗੁਨੀਆ ਮਲੇਰੀਆ ਕਹਿਰ ਮਚਾਉਂਦਾ ਲੋਕਾਂ 'ਤੇ ਅਸਰ ਕਰਦਾ ਕਾਫੀ ਲੋਕ ਜਿਹੜੇ ਨੇ ਬਿਮਾਰ ਹੁੰਦੇ ਨੇ ਕਈ ਲੋਕਾਂ ਦੀ ਜਿਹੜੀ ਆ ਮੌਤ ਵੀ ਹੋ ਜਾਂਦੀ ਹੈ ਇਸ ਸੀਜ਼ਨ ਦੀ ਵੀ ਗੱਲ ਕਰੀਏ ਤਾਂ ਕਰੋਨਾ ਕਾਲ ਚੱਲ ਰਿਹਾ ਸੀ ਕਰੋਨਾ ਵਾਇਰਸ ਦੇ ਮਰੀਜ਼ ਕਾਫੀ ਵੱਧ ਰਹੇ ਸੀ ਪਰ ਹੁਣ ਕੀ ਸਮਾਂ ਆ ਗਿਆ ਕਰੋਨਾ ਦੇ ਕੇਸ ਘਟਣੇ ਸ਼ੁਰੂ ਹੋ ਗਏ ਨੇ ਡੇਂਗੂ ਦੇ ਵਧਣੇ ਸ਼ੁਰੂ ਹੋ ਗਏ ਨੇ ਕਾਫੀ ਲੋਕ ਜਿਹੜੇ ਨੇ ਦਿਨੋ ਦਿਨ ਬਿਮਾਰ ਹੁੰਦੇ ਜਾ ਰਹੇ ਨੇ ਡੇਂਗੂ ਦੇ ਕਾਫੀ ਵੱਧ ਕੇਸਿਸ ਹੋ ਰਹੇ ਨੇ ਮੌਤਾਂ ਵੀ ਲੁਧਿਆਣੇ ਦੇ ਵਿੱਚ ਹੋ ਰਹੀਆਂ ਨੇ ਪਰ ਹੁਣ ਸ਼ਾਇਦ ਇਸ ਤੇ ਨੱਥ ਪਾਈ ਜਾਏਗੀ ਕਿਉਂਕਿ ਲੁਧਿਆਣਾ ਦੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਕਮਿਊਨਿਟੀ ਸਾਇੰਸ ਡਿਪਾਰਟਮੈਂਟ ਵੱਲੋਂ ਇੱਕ ਐਸਾ ਫੈਬਰਿਕ ਤਿਆਰ ਕੀਤਾ ਗਿਆ ਜੋ ਡੇਂਗੂ ਮਲੇਰੀਆ ਅਤੇ ਚਿਕਨਗੁਨੀਆ ਵਾਲੇ ਮੱਛਰਾਂ ਤੋਂ ਹੁਣ ਬਚਾ ਕਰ ਸਕਦਾ ਯਾਨੀ ਹੁਣ ਤੁਸੀਂ ਜਿਹੜੇ ਕੱਪੜੇ ਪਾਏ ਨੇ ਉਹਨਾਂ ਕੱਪੜਿਆਂ ਦੇ ਨਾਲ ਹੀ ਤੁਹਾਡਾ ਡੇਂਗੂ ਮਲੇਰੀਆ ਦੇ ਮੱਛਰਾਂ ਤੋਂ ਬਚਾ ਹੋ ਸਕਦਾ ਸਾਡੇ ਨਾਲ ਕਮਿਊਨਿਟੀ ਸਾਇੰਸ ਕਾਲਜ ਦੇ ਡੀਨ ਡਾਕਟਰ ਸੰਦੀਪ ਬੈਂਸ ਮੈਮ ਮੌਜੂਦ ਨੇ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਮੈਮ ਆ ਤੁਸੀਂ ਫੈਬਰਿਕ ਬਣਾਇਆ ਜਿਹਦੇ ਨਾਲ ਡੇਂਗੂ ਮਲੇਰੀਆ ਦੇ ਮੱਛਰਾਂ ਤੋਂ ਬਚਾ ਹੋਊਗਾ ਕੀ ਅਜਿਹਾ ਖਾਸ ਹੈ ਫੈਬਰਿਕ ਦੇ ਵਿੱਚ ਜਿਹੜਾ ਇਹ ਤੋਂ ਮੱਛਰ ਦੂਰ ਰਹਿਣਗੇ ਇਹਦੇ ਵਿੱਚ ਜੀ ਅਸੀਂ ਜਿਹੜਾ ਇਹ ਫੈਬਰਿਕ ਹੈ ਅਸੀਂ ਇਹਨੂੰ ਟ੍ਰੀਟ ਕੀਤਾ ਹੈ ਆਇਲਸ ਨੇ ਕੀ ਕਹਿੰਦੇ ਯੂਕਲਿਪਟਸ ਆਇਲਸ ਦੇ ਨਾਲ ਇਹਦੇ ਵਿੱਚ ਹੋਰ ਵੀ ਕੰਪੋਨੈਂਟਸ ਨੇ ਮਾਈਕਰੋ ਕੈਪਸੂਲਸ ਬਣਾਏ ਹੈ ਮਾਈਕਰੋ ਕੈਪਸੂਲਸ ਬਣਾ ਕੇ ਇਸ ਆਇਲ ਦੇ ਨਾਲ ਤੇ ਅਸੀਂ ਇਹਦੇ ਵਿੱਚ ਇੰਪੈਗਨੇਟ ਕੀਤੇ ਹੈ ਤਾਂ ਕਿ ਇਹਦੇ ਵਿੱਚ ਇਹ ਰਹਿਣ ਤੇ ਇਹ ਫਿਰ ਕੋਈ ਵੀ ਪਾ ਸਕਦਾ ਤੇ ਆਪਣਾ ਕੀ ਕਹਿੰਦੇ ਹੈ 15-20 ਵਾਸ਼ਿਸ ਤੱਕ ਸਟੇ ਕਰੇਗਾ ਜਿਹੜੇ ਹੈਗੇ ਮਾਈਕਰੋ ਕਿੰਨੀ ਦੇਰ ਲੱਗੀ ਮੈਮ ਤੁਹਾਨੂੰ ਇਸ ਦੀ ਰਿਸਰਚ ਕਰਦੇ ਕਿੰਨੇ ਸਮਾਂ ਲੱਗ ਗਿਆ ਤੁਹਾਨੂੰ ਇਹ ਚੀਜ਼ ਤਿਆਰ ਕਰਦੇ ਹਨ ਜੀ ਇਹ ਸਾਰੇ ਅਸੀਂ ਜਿਹੜੇ ਟ੍ਰਾਇਲਸ ਲਿੱਤੇ ਹੈ ਓਬਜੈਕਟਿਵ ਐਂਡ ਸਬਜੈਕਟਿਵ ਟੈਸਟਿੰਗ ਕੀਤੀ ਹੈ ਤੇ ਸਾਨੂੰ ਟੋਟਲ ਕਹਿ ਦਿਓ ਕਿ ਸਾਨੂੰ 3 ਸਾਲ ਲੱਗ ਗਏ ਕਰਦੇ ਪੂਰੀ ਟੈਸਟਿੰਗ ਜਿਹੜੀ ਕੰਪਲੀਟ ਕੀਤੀ ਹੈ ਅਸੀਂ ਤੇ ਹੁਣ ਤੁਹਾਨੂੰ ਪੂਰਾ ਟੈਸਟਿੰਗ ਤੇ ਆਪਣਾ ਵਿਸ਼ਵਾਸ ਹੈ ਕਿ ਇਹ ਕੱਪੜਾ ਹੁਣ ਤਿਆਰ ਹੈ ਡੇਂਗੂ ਮਲੇਰੀਆ ਵਾਲੇ ਮੱਛਰ ਇਸ ਤੋਂ ਦੂਰ ਰਹਿਣਗੇ ਜਿਨ੍ਹਾਂ ਇਹ ਕੱਪੜਾ ਪਾਇਆ ਹੋਏਗਾ ਬਿਲਕੁਲ ਜੀ ਕਿਉਂਕਿ ਜਿਹੜੀ ਅਸੀਂ ਇਹ ਟੈਸਟਿੰਗ ਕੀਤੀ ਹੈ ਇਹ ਅਸੀਂ ਸਿਕਿਉਰਿਟੀ ਪਰਸਨਲਸ ਤੇ ਕੀਤੀ ਹੈ ਸਟੂਡੈਂਟਸ ਤੇ ਕੀਤੀ ਹੈ ਜਿਹੜੇ ਹੋਸਟਲਰਸ ਨੇ ਐਂਡ ਜਿਹੜੇ ਆਪਣੇ ਸਪੋਰਟ ਪਰਸਨਲਸ ਹੈ ਉਹਨਾਂ ਤੇ ਕੀਤੀ ਹੈ ਤੋਂ ਸਾਡੇ ਸਾਰਿਆਂ ਤੋਂ ਸਾਨੂੰ ਪੋਜ਼ਿਟਿਵ ਰਿਸਪੌਂਸ ਮਿਲਿਆ ਐਂਡ ਕੀ ਕਹਿੰਦੇ ਆ ਜਿਹੜਾ ਕਿ ਇਹ ਮੱਛਰ ਤੋਂ ਦੂਰ ਰਹਿੰਦੇ ਹੈਗੇ ਆ ਕਿਹੜੀਆਂ ਚੀਜ਼ਾਂ ਮੈਮ ਤੁਹਾਡੇ ਵੱਲੋਂ ਹਜੇ ਤਿਆਰ ਕੀਤੀਆਂ ਗਈਆਂ ਤੁਹਾਡੇ ਡਿਪਾਰਟਮੈਂਟ ਵੱਲੋਂ ਜੀ ਡਿਪਾਰਟਮੈਂਟ ਨੇ ਸ਼ਰਟ ਤਿਆਰ ਕੀਤੀ ਹੈ ਪਿੱਲੋ ਕਵਰ ਸੌਕਸ ਜਾਂ ਰਿਸਟ ਬੈਂਡਸ ਤੇ ਹੈਂਕਰਚੀਫਸ ਤਿਆਰ ਕੀਤੇ ਹੈਗੇ ਆ ਇਹਨਾਂ ਨੂੰ ਤਿਆਰ ਕਰਨ 'ਚ ਤੁਸੀਂ ਰਿਸਰਚ ਕਰਨ 'ਚ 3 ਸਾਲ ਲੱਗ ਗਏ ਟ੍ਰਾਇਲ ਵੀ ਕਰਦੇ ਰਹੇ ਇੱਕ ਚੀਜ਼ ਹੁਣ ਤੁਸੀਂ ਚੀਜ਼ ਤਿਆਰ ਕਰ ਲਈ ਹੁਣ ਤੁਹਾਡਾ ਰਿਸਰਚ ਸਾਰਾ ਕੁਝ ਟੈਕਨੋਲੋਜੀ ਤੁਹਾਡੇ ਕੋਲ ਹੈਗੀ ਹੁਣ ਇੱਕ ਸੈੱਟ ਇੱਦਾਂ ਦਾ ਹੀ ਬਣਾਉਣ ਨੂੰ ਕਿੰਨਾ ਸਮਾਂ ਲੱਗੇਗਾ ਦੇਖੋ ਜੀ ਟਾਈਮ ਬੇਸਿਕਲੀ ਇਹ ਹੈ ਕਿ ਜਿਹੜੀ ਕੰਪਨੀ ਨੂੰ ਅਸੀਂ ਦਿੱਤਾ ਆ ਟੈਕਨੋਲੋਜੀ ਦਿੱਤੀ ਹੈ ਉਹ ਅਸੀਂ ਕੱਪੜਾ ਬਣਾਉਣ ਨੂੰ ਦਿੱਤੀ ਹੈ ਰਨਿੰਗ ਫੈਬਰਿਕ ਹੁਣ ਬਣਾਉਣ ਨੂੰ ਤਾਂ ਜੋ ਮਰਜ਼ੀ ਬਣਾ ਲਓ ਤੁਸੀਂ ਹੁਣ ਜੇ ਆਪਾਂ ਕਹੀਏ ਕਿ ਰਿਸਟ ਬੈਂਡ ਇਹ ਛੋਟੀ ਚੀਜ਼ ਹੈ ਇੱਕ ਸਿੰਪਲ ਇੱਕ ਸਟ੍ਰਿਪ ਹੀ ਹੈ ਸੋ ਇਸ ਨੂੰ ਥੋੜ੍ਹਾ ਟਾਈਮ ਲੱਗੂਗਾ ਜੇ ਹੁਣ ਆਪਾਂ ਸ਼ਰਟ ਬਣਾਉਂਦੇ ਹਾਂ ਕਿਉਂਕਿ ਇਹਨੂੰ ਕਾਲਰ ਵੀ ਲੱਗਣਾ ਤਾਂ ਇਹਨੂੰ ਟਾਈਮ ਜ਼ਿਆਦਾ ਲੱਗਦਾ ਸੋ ਮੇਨ ਬੇਸਿਕ ਹੈ ਕਿ ਰਨਿੰਗ ਫੈਬਰਿਕ ਬਣੂਗਾ ਉਸ ਤੋਂ ਬਾਅਦ
वो जिहड़ी फर्म है वो हुण की कहिंदे आ अगे जा अगे भावें जो अगला जिहड़ा बंदा जिहड़ा कपड़ा खरीदेगा वो जो मर्जी बनावे भावें बैडशीट्स बनावे गारमेंट्स बनावे जो मर्जी बनावे तो वो डिपेंड करता है कि उस चीज़ नूं भी किन्ना टाइम लगेगा। मैम ये चीज़ लोगों तक पहुँचेगी क्योंकि डेंगू के आपां केस देखिए हर साल बहुत वधदे ने सैल लोगों के डाउन हो जाते हैं मौतां भी कई लोगों दीआं हो जांदीआं ने कदों तक लोगों तक ये चीज़ पहुँचेगी? देखो जी टेक्नोलॉजी तो हुण असीं दित्ती है तो लगता है कि नैक्सट सीजन अगला साल तो लगेगा ही उन तक इट विल बी रेडी इन द मार्केट अवेलेबल इन द मार्केट। मैम जिस तरह डेंगू के नाल लोग मरते हैं तो ये पा के 100% श्योर हो सकते हैं कि भी हुण असीं बच गए क्योंकि कई लोग कहते चीज़ पा ली बच गए कोई होर प्रीकॉशन लैन ही ना जिस तरह मेन डेंगू के बच्चों के प्रीकॉशन होंगे खड़ा पानी नहीं रखना वो कहने जी असी तो आ कपड़ा पाया हुआ जो मर्जी करो। देखो जी अज तक मैनू नहीं लगता कि यहोजी कोई चीज़ बनी जी आप 100% गरंटी दे दिए कि भी ये श्योर हैगा जे आप ईवन की कहें सेफ्टी गार्ड कूलर अपने को लगाते वाटर फिल्टर्स भी लगाते हैं वो भी आपू आफ्टर फ्यू मंथ्स आपू रिफ्रैश करने पेंदे है सो आप 100% किसी चीज़ का भी नहीं कह सकते गे बट आई कैन से कि 99% इट इज़ वेरी वेरी इफेक्टिव। किन्ने दिन मैम ये यूज़ कर सकते जिस तरह तुसीं पहला दस्सिया कि 15 वॉशिज के नाल इहदा बचा रहेगा तो 15 वॉशिज तो बाद किन्नी कि स्टेबिलिटी रहेगी? 15 वॉशिज तो बाद हौली हौली हाँ सुनी बाई 20 वॉशिज तक असर रहेगा फिर उस तो बाद नॉर्मल कपड़े वर्गों वरत सकते हैं। कोई साइड इफेक्ट जिस तरह किया कि कोई ऑयल दी मतलब कितना कोई साइड इफेक्ट किसी किस्म का? असी टेस्टिंग कर ली है जिहड़ी असी जिहड़ी रेसिपी असी जिहड़ी पूरी टेक्नोलॉजी जिहड़ी है वो असी जिहड़ी टेस्ट की है असी जिहड़ा जिन्ना अमाउंट वरतना है वो सारा टेस्टड है उस तो बाद टॉक्सिक नहीं रहेगा। नाउ दिस इज़ नॉट टॉक्सिक जे आप इस तो वध वरतीए जो ऑयल है तो दैन इट टॉक्सिक हो सकता है। देखा होना है कि कुछ स्मैल्स तो अपन नॉजिया होने लग जाता है वो सारी चीज़ ये नहीं होएगी अदरवाइज अजकल रोल ऑनस भी अवेलेबल हैं पर बड़े लोग कहते हैं कि उन्होंने स्मैल ना सू चक्कर आने लग जाते हैं क्योंकि उन्होंने इन्नी हाई कंसनट्रेशन है ये जो बंदा पाएगा उन्होंने कोई स्मैल नहीं आएगी वो तो मच्छर ही स्मैल आएगी क्योंकि माइक्रो कैप्सूल उदों ही टुटेगा जो कोई टच करेगा। आम बंदे नूं उहदी कोई ऐ स्मैल नहीं आएगी कि सारा दिन मतलब एक स्मैल आई जा रही है कई बार हो जाता है बंदे वास्ते बिल्कुल सेफ है किसी भी किस्म ना जिद्दां मर्जी और रफ एंड टफ यूज कर सकदा है इहदे च कोई दिस इज टोटल इको फ्रेंडली असीं कोई कैमिकल नहीं यूज कीता जिहड़े रोल ऑनस मिलदे ने उहदे विच कैमिकल पाया तां हुंदा 100% नैचुरल बट आपां नूं नहीं पता कि उहदे विच उहनां ने होर की मिलाया बट दिस इज टोटल इको फ्रेंडली। तो ये देखिया कि जो ये डिपार्टमेंट वालों तैयार किया गया फैब्रिक इन्हों का कहना कि 99% असर करेगा लोगों का बचा करेगा पर ना लोगों जो प्रीकॉशन ने वो तो लेने पैणगे उन्होंने तो असं अवेसले नहीं हो सकते पर जो इन्होंने ये फैब्रिक बनाया ये इन्हों का कहना कि 99% जो लोगों पर असर पेगा डेंगू के जो मच्छरों तो बचा होएगा अगले सीजन तक कह रहे हैं कि उम्मीद है कि यह लोगों वास्ते आम वरतों के आ सकता। तो वधेरे अपडेट से सारे जुड़े रहो लुधियाना तो सरमजीत सिंह कैमरामैन सतवंत पठाड़ू के लुधियाना टाइम्स। वधेरे जानकारी लई सबसक्राइब करो साडा यूट्यूब चैनल पब्लिक टाइम्स अते नोटिफिकेशन लई बेल आइकन ते क्लिक करना ना भुलो।